नाथ खोल अखी कया बंज नहीं बच्चा जा तेरा काम होया ही ओए फुल आन लगा उस बूटड़े नू जेड़ा विच दरगाह दे होया ही सुन के खुशी दे नाल तैयार होया ओ जट जोग दी जोग नू जोया ही पढ़ के फातिहा खैर दा गुरु साहिब बचन फतह दा मुख थी गोया ही हीर बख्श दित्ती सच्चे रब तेनू मोती लाल दे नाल परोहाई और तेरे सदके हीर बख्श दित्ती सच्चे रब तेनू मोती लाल दे नाल परोहाई और चढ़ दौड़ के जित लै खेड़िया नू बच्चा शगन तेनू भला होया ही ते कमर कस उदासिया बन लिया ओ जोगी तुरत तैयार ही होया ही खुशी हो के करो विदा मैनू हाथ बन के आन खलोया ही ते पता की कहिंदा रांझा कहिंदा करो मेर मेरे मगर लाओ थापी करो मेर मेरे मगर लाती जे खैर होवे मेरे मगर लाओ थापी रुखसत दियो वेला रब ढोया ही वारस शाह जा नाथ ने हुक्म कीता ए टुरदा टिल्लियों पत्रा होया ही चाचा गल सुनी हुण टिल्ले दे टिल्ले तो जदों रंगपुर नूं जाणा ना हुण ओह रांझा नहीं रहा हुण कन्न पाटे ने सिर च सवाए हाथ च ठूठा है ते रंग वटा के जाणा है क्योंकि इश्क दी मोहरी तंग है ना चोरी जाना पैंदा है की जाना पैंदा बुल्ले शाह पता की लिखदे ने ਬੁੱਲਿਆ ਖਾ ਕਬਾਬ ਤੇ ਪੀ ਸ਼ਰਾਬ ਉਹ ਬਾਲ ਹੱਡਾਂ ਦੀ ਅੱਗ ਚੋਰੀ ਕਰ ਕੀ ਕਰ ਚੋਰੀ ਕਰ ਭੰਨ ਘਰ ਰੱਬ ਦਾ ਉਸ ਠੱਗਾਂ ਦੇ ਠੱਗ ਨੂੰ ਠੱਗ ਤੇ ਪੀਰ ਵਾਰਿਸ ਸ਼ਾਹ ਫਰਮਾਂਦੇ ਨੇ ਰਾਂਝਾ ਰੰਗ ਵਟਾ ਕੇ ਗਿਆ ਨਾ ਤੇ ਬੜਾ ਕੀ ਕਹਿੰਦਾ ਉਹ ਰਾਂਝੇ ਟੁਰਦਿਆਂ ਹੋਇਆ ਵਿਚਾਰ ਕੀਤੀ ਕੋਈ ਹੋਰ ਫਰੇਬ ਬਣਾਈਏ ਜੀ ਇਹ ਪੁੱਟ ਬੂਟੀਆਂ ਟਿੱਲੇ ਦੀਆਂ ਪਾ ਬਗਲੀ ਧੁੱਪੇ ਰੱਖ ਕੇ ਚਾਹ ਸੁਕਾਈਏ ਜੀ ਚੂਨਾ ਪੀਸ ਕੇ ਬਿੱਲ ਵਿੱਚ ਪਾ ਲਈਏ ਪਰ ਤਬਾਸ਼ੀਰ ਦਾ ਰੰਗ ਵਿਖਾਈਏ ਜੀ ਉਹ ਚੂਨਾ ਉਹ ਤੇਰੇ ਸਮਝਣ ਦੇ ਸਦਕੇ ਚੂਨਾ ਪੀਸ ਕੇ ਬਿੱਲ ਵਿੱਚ ਪਾ ਲਈਏ ਤੇ ਤਬਾਸ਼ੀਰ ਦਾ ਰੰਗ ਵਿਖਾਈਏ ਜੀ ਇੱਟ ਸਿੱਟ ਦੀਆਂ ਜੜ੍ਹਾਂ ਨੂੰ ਪੁੱਟ ਕੇ ਦੇ ਉਹ ਜੜ ਪਾਮ ਦੀ ਆਖ ਸੁਣਾਈਏ ਜੀ ਛਾਨ ਕੁੱਟ ਕੇ ਪੀਸ ਕੇ ਪਾ ਬਗਲੀ ਤੇ ਹੋਕਾ ਵੇਦਗੀ ਚਾ ਅਵੈਦਗੀ ਚਾ ਦਿਵਾਈਏ ਜੀ ਇੱਧਰ ਕਿਸੇ ਫੰਦ ਫਰੇਬ ਜੇ ਮਿਲੇ ਪਿਆਰਾ ਉਹ ਕਿਸੇ ਫੰਦ ਫਰੇਬ ਜੇ ਮਿਲੇ ਪਿਆਰਾ ਟੂਣੇ ਸਹਿਰ ਜਾਦੂ ਪੜ ਜਾਈਏ ਜੀ ਤੇ ਰਾਂਝਾ ਪਤਾ ਕੀ ਕਹਿੰਦਾ ਮੀਏ ਲਾਲ ਸ਼ਹਿਬਾਜ਼ ਹੁਸੈਨ ਵਾਂਗੂ ਇਹ ਵੰਗਾ ਚੂੜੀਆਂ ਨੱਥ ਚਾ ਪਾਈਏ ਜੀ ਵਿੱਚੋਂ ਮਜਲਸੋਂ ਉੱਠ ਕੇ ਵਾਂਗ ਮਜਨੂੰ ਓਏ ਪੈਰ ਕੁੱਤਿਆਂ ਦੇ ਚੋਂ ਪਾਈਏ ਜੀ ਨਾਰਾ ਹਾਜ਼ਰੀ ਉਹ ਵਿੱਚੋਂ ਮਜਲਸੋਂ ਉੱਠ ਕੇ ਵਾਂਗ ਮਜਨੂੰ ਪੈਰ ਕੁੱਤਿਆਂ ਦੇ ਚੁੰਮ ਆਈਏ ਜੀ ਜਰਾ ਮੇਰੇ ਵੱਲ ਵੇਖਣਾ ਉਹ ਦਰਸ ਯਾਰ ਪਿਆਰੇ ਦੇ ਵੇਖਣੇ ਨੂੰ ਵੈਦਾਂ ਜੋਗੀਆਂ ਦਾ ਵੇਸ ਲਾਈਏ ਜੀ ਵਾਰਸ ਯਾਰ ਦਾ ਤਦੋਂ ਦੀਦਾਰ ਪਾਈਏ ਉਹ ਜਦੋਂ ਆਪਣਾ ਆਪ ਉਹ ਤੇਰੇ ਸਦਕੇ ਵਾਰਸ ਯਾਰ ਦਾ
ਉਦੋਂ ਦੀਦਾਰ ਪਾਈਏ ਜਦੋਂ ਆਪਣਾ ਆਪ ਗਵਾਈਏ ਜੀ। ਹਜ਼ਰਤ ਮੁਹਤਰਮ ਆਓ ਮੀਆਂ ਨਜ਼ੀਰ ਅਹਿਮਦ ਸਾਹਿਬ ਜਿਹੜੇ ਸਾਡੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ, ਉਹਨਾਂ ਦਾ ਹੁਕਮ ਹੈ ਕਿ ਬਾਬਾ ਫਰੀਦ ਦੀ ਕੋਈ ਗੱਲ ਸੁਣਾਓ ਸਾਨੂੰ, ਜਿੱਥੇ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ ਕਿ ਸ਼ਕਰਗੰਜ ਨੇ ਆਮ ਮੁਕਾਮ ਕੀਤਾ ਤੇ ਦੁੱਖ ਦਰਦ ਪੰਜਾਬ ਦਾ, ਉਹ ਬੋਲੋ ਜਿਹਨੂੰ ਸ਼ੇਰ ਆਉਂਦਾ ਦੁੱਖ ਦਰਦ ਪੰਜਾਬ ਦਾ ਦੂਰ ਹੈ ਜੀ। ਉਹਨਾਂ ਦੀ ਬਾਰਗਾਹ 'ਚ ਸਰ ਦੀ ਹੁਕਮ 'ਤੇ ਮੈਂ ਉਹਨਾਂ ਦੀ ਲਿਖੀ ਹੋਈ ਕਲਾਮ ਪੇਸ਼ ਕਰਦਾ। ਉੱਠ ਫਰੀਦਾ ਵਜ਼ੂ ਸਾਦ ਤੇ ਤੂੰ ਸੁਬ ਨਮਾਜ਼ ਗੁਜ਼ਾਰ, ਜੋ ਸਿਰ ਸਾਈਂ ਨਾਨੀ ਵੇ ਤੂੰ ਸੋ ਸਿਰ ਕੱਪ ਉਤਾਰ। ਤੇ ਕੀ ਕਹਿ ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ। ਜਿੰਨਾ ਤੇਰੇ ਚ ਟਿੱਲ ਨਾ ਨਾਰਾ ਉਂਝ ਮਾਰਨਾ ਹੀ ਅੱਲਾ ਮੁਹੰਮਦ ਚਾਰ ਯਾਰ ਹਾਜੀ ਖਾਜਾ ਕੁਤਬ ਫਰੀਦ, ਫਿਰ ਕਹਿ ਕਰਾਂ ਅੱਲਾ ਮੁਹੰਮਦ ਚਾਰ ਯਾਰ ਹਾਜੀ ਖਾਜਾ ਕੁਤਬ ਫਰੀਦ। ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ, ਹੱਕ ਦੀ ਬੋਲੀ ਬੋਲ ਫਰੀਦਾ, ਤੂੰ ਸੁੱਚਾ ਸੌਦਾ ਤੋ। ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ। ਦੀਨ ਤੇ ਦੁਨੀਆ ਓਏ ਪੁੜ ਚੱਕੀ ਦੇ, ਉਹ ਪੁਰਾਣੀ ਚੱਕੀ ਹੁੰਦੀ ਸੀ ਜਿਹਨੇ ਵੇਖੀ ਹੱਥ ਖੜਾ ਕਰੇ, ਉਹ ਕਿੱਲੀ ਵਾਲੀ ਚੱਕੀ। ਹੁਣ ਬਾਬੇ ਫਰੀਦ ਦੀ ਗੱਲ ਸੁਣੀ ਹੈ, ਉਹ ਦੀਨ ਤੇ ਦੁਨੀਆ ਪੁੜ ਚੱਕੀ ਦੇ ਚੱਕਰ ਇਸ ਦੇ ਗੋਲ, ਅੱਲਾਹੋ ਦੁਨੀਆ ਓਏ ਪੁੜ ਚੱਕੀ ਦੇ ਚੱਕਰ ਇਸ ਦੇ ਗੋਲ, ਇਹ ਮੁਰਸ਼ਦ ਕਿੱਲੀ ਚੱਕੀ ਵਾਲੀ ਓਏ ਰੋ ਕਿੱਲੀ ਦੇ ਬੋਲ ਫਰੀਦਾ, ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ। ਮੇਰੇ ਸਜਣੋ ਸ਼ੇਰ ਦੀ ਖੱਲ ਪਾ ਲਈਏ ਕੋਈ ਸ਼ੇਰ ਨਹੀਂ ਬਣ ਜਾਂਦਾ। ਬਾਬਾ ਫਰੀਦ ਪਤਾ ਕੀ ਫਰਮਾਉਂਦੇ ਨੇ, ਇੱਕ ਬੰਦਾ ਫਕੀਰੀ ਲਿਬਾਸ ਪਾ ਕੇ ਤੇ ਜੰਗਲ 'ਚ ਵੜ ਗਿਆ, ਘੁੱਗੀ ਤੇ ਘੁੱਗਾ ਬੈਠੇ ਸਨ, ਮਾਰਿਆ ਉਹਨੇ ਤੇ ਘੁੱਗਾ ਮਰ ਗਿਆ। ਉਹ ਘੁੱਗੀ ਉੱਡ ਕੇ ਬਾਦਸ਼ਾਹ ਕੋ ਗਈ, ਕਹਿੰਦੀ ਬਾਬਾ ਇਹਨੇ ਮੇਰਾ ਘੁੱਗਾ ਮਾਰਤਾ। ਇੱਕ ਵਜ਼ੀਰ ਕਹਿੰਦਾ ਘੁੱਗਾ ਮਾਰਨ ਵਾਲੀ ਸ਼ੈ ਸੀ,
ਉਹਨੇ ਕਿਹਾ ਇਹ ਤੇ ਮੇਰਾ ਮੁਕੱਦਮਾ ਹੀ ਨਹੀਂ, ਮੇਰਾ ਮੁਕੱਦਮਾ ਇਹ ਵੇ ਜਿਹੜਾ ਲਿਬਾਸ ਪਾ ਕੇ ਇਹਨੇ ਕਤਲ ਕੀਤਾ ਨਾ, ਉਸ ਲਿਬਾਸ ਨੂੰ ਉਤਾਰੋ, ਇਹ ਲਿਬਾਸ ਇਹਦਾ ਨਹੀਂ। ਤੇ ਬਾਬਾ ਫਰੀਦ ਪਤਾ ਕੀ ਫਰਮਾਉਂਦੇ ਨੇ, ਓਏ ਖੱਲ ਤੂੰ ਪਾ ਕੇ, ਖੱਲ ਤੂੰ ਪਾ ਕੇ ਹਾਏ, ਖੱਲ ਤੂੰ ਪਾ ਕੇ ਸ਼ੇਰਾਂ ਵਾਲੀ ਕਰਨਾ ਹੇਰ ਤੇ ਫੇਰ, ਓਏ ਬੋਲੀ ਬੋਲੇ ਗਿੱਦੜਾਂ ਵਾਲੀ ਤੇ ਕੁੱਤੇ ਲੈਣ ਫਰੀਦਾ, ਹੱਕ ਦੀ ਬੋਲੀ ਬੋਲ ਫਰੀਦਾ, ਹੱਕ ਦੀ ਬੋਲੀ ਬੋਲ। ਚੰਗਾ ਜਿਹਾ ਲੱਭ ਕੇ ਨਾ ਲਾਓ ਵੱਡੀ ਸਭ ਮਿੰਟ, ਚੰਗਾ ਜਿਹਾ ਬੰਦਾ। ਬਿਲਕੁਲ ਬਾਬਾ ਜੀ ਫਰਮਾਉਂਦੇ ਨੇ, ਕਿੱਥੇ ਗਏ ਉਹ, ਕਿੱਥੇ ਗਏ, ਕਿੱਥੇ ਗਏ ਤੇਰੇ ਵੱਡ ਵਡੇਰੇ ਤੇ ਜਿੰਨਾ ਤੈਨੂੰ ਜਣਿਆ, ਇੱਕ ਇੱਕ ਕਰਕੇ ਟੁਰ ਗਏ ਸਾਰੇ, ਕੋਈ ਨਾ ਤੇਰਾ ਬਣਿਆ ਫਰੀਦਾ, ਹੱਕ ਦੀ ਬੋਲੀ ਬੋਲੋ। ਲਓ ਜੀ ਆਖਰੀ ਸ਼ੇਰ, ਆਜਜ਼ੀ ਉਹਦੀ ਹੁੰਦੀ ਹੈ ਜਿਹੜਾ ਕੋਈ ਕੁਝ ਹੋਵੇ, ਮਸਲਨ ਮੈਂ ਕਹਾਂ ਕਿ ਮੈਂ ਕੁਝ ਨਹੀਂ, ਇਹ ਮੇਰੀ ਆਜਜ਼ੀ ਨਹੀਂ, ਮੇਰੀ ਹਕੀਕਤ ਹੈ। ਆਜਜ਼ੀ ਉਹਦੀ ਹੁੰਦੀ ਹੈ ਜਿਹੜਾ ਬੜਾ ਕੁਝ ਹੋਵੇ ਤੇ ਕਵੇ ਮੈਂ ਕੁਝ ਨਹੀਂ, ਜਿਵੇਂ ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ, ਵਾਰਿਸ ਸ਼ਾਹ ਜਿਹਾ ਗੁਨਾਹਗਾਰ ਨਹੀਂ ਤੇ ਬਖਸ਼ਣਹਾਰ ਨਹੀਂ, ਰੱਬ ਗਫੂਰ ਜਿਹਾ। ਇਸੇ ਗੱਲ ਨੂੰ ਬਾਬਾ ਫਰੀਦ ਫਰਮਾਉਂਦੇ ਨੇ, ਇਹ ਕਾਲੇ ਮੈਦੇ, ਉਹ ਕਾਲੇ ਮੈਦੇ ਕੱਪੜੇ, ਇਹ ਕਾਲੇ ਮੈਦੇ ਕੱਪੜੇ ਤੇ ਕਾਲਾ ਮੈਦਾ ਵੇਸ, ਗੁਨਾਹ ਹੀ ਭਰਿਆ ਮੈਂ ਫੇਰਾ ਤੇ, ਇਹ ਲੋਕ ਆਖਣ ਦਰਵੇਸ਼ ਫਰੀਦਾ, ਹੱਕ ਦੀ ਬੋਲੀ ਬੋਲ ਬੋਲ। ਨਾਰਾ ਹੈਦਰੀ, ਅੱਲਾ ਮੁਹੰਮਦ ਚਾਰ ਯਾਰ, ਹਾਜੀ ਖਾਜਾ ਕੁਤਬ ਫਰੀਦ। ਸਾਡੇ ਕੋਲ ਇੱਕ ਯੂਨਸ ਰੋਗੀ ਬੈਠਾ, ਬੜੀ ਦਰਦ ਵਾਲੀ ਆਵਾਜ਼, ਬੜੀ ਪਿਆਰੀ ਆਵਾਜ਼। ਜਨਾਬੇ ਯੂਨਸ ਰੋਗੀ ਸਾਹਿਬ, ਚਾਰ ਮਿਸਰਿਆਂ ਦਾ ਸ਼ੇਰ ਸੁਣਾਓ। ਸਰ ਬਹੁਤ ਦਰਦ ਅੱਲਾ ਨੇ ਇਸ ਮੇਰੇ ਵੀਰ ਨੂੰ ਅਤਾ ਕੀਤਾ, ਚਾਰ ਮਿਸਰਿਆਂ ਦਾ ਸ਼ੇਰ ਸਿੰਘ ਦੁਆਰਾ ਸਤਿ ਸ਼੍ਰੀ ਅਕਾਲ। ਆ
ਦੀ ਬਾਤ ਨਾ ਇੱਕ ਮੰਨੀ ਬਥੇਰੜਾ ਇਲਾ ਆਈ ਕਿਆ ਬਾਤ ਹੈ ਉਹਨਾਂ ਆਜ ਦੀ ਇੱਜ਼ਤ ਸੀ ਬਹੁਤ ਕੀਤੀ ਜੋਗੀ ਇੱਕ ਨਾ ਜਿਓ ਥੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਹਜ਼ਰਤ ਸੈਯਦ ਪੀਰ ਵਾਰਿਸ ਸ਼ਾਹ ਰਹਿਮਤੁੱਲਾਹ ਅਲੈਹ ਦੇ ਸਾਲਾਨਾ ਉਰਸ ਮੁਬਾਰਕ ਦੇ ਤਮਾਮ ਅਫਸਰਾਨੇ ਵਾਲਾ ਔਰ ਦੂਰ ਤੱਕ ਜਿੰਨੇ ਵੀ ਦਰਵੇਸ਼ ਆਸ਼ਕ ਬੈਠੇ ਨੇ ਸਭ ਨੂੰ ਮੁਹੱਬਤ ਭਰਿਆ ਸਲਾਮ। ਮੰਜ਼ਰੇ ਕਿ ਰਾਂਝਾ ਜੋਗ ਲੈਣ ਲਈ ਆਪਣੇ ਮੁਰਸ਼ਦ ਬਾਲਨਾਥ ਦੀ ਬਾਰਗਾਹ 'ਚ ਪਹੁੰਚਿਆ ਅਤੇ ਮੁਰਸ਼ਦ ਬਾਲਨਾਥ ਨੇ ਸਰਕਾਰ ਵਾਰਿਸ ਸ਼ਾਹ ਦੇ ਰਾਹੀਂ ਕਿਸਰਾ ਉਹਨੂੰ ਨਸੀਹਤ ਕੀਤੀ ਹੈ ਔਰ ਚੰਦ ਅਸ਼ਾਰ ਕਿ ਜ਼ਿੰਦਗੀ ਕਿਵੇਂ ਤੂੰ ਗੁਜ਼ਾਰਨੀ ਹੈ ਔਰ ਜਿਹੜੀ ਤੂੰ ਪਿਛਲੀ ਗੁਜ਼ਾਰ ਆਇਆ ਉਹਦੇ 'ਤੇ ਕਾਟਾ ਵੱਜ ਗਿਆ ਹੈ, ਅਗਲਾ ਜਿਹੜਾ ਨਿਜ਼ਾਮ ਹੈ ਉਹ ਕਿਸਰਾ ਤੂੰ ਕਰਨਾ ਹੈ, ਉਹ ਸੈਯਦ ਵਾਰਿਸ ਸ਼ਾਹ ਰਹਿਮਤੁੱਲਾਹ ਅਲੈਹ ਨੇ ਦੋ ਚਾਰ ਸ਼ੇਰ ਤੁਹਾਡੀ ਇਸ ਮਾਤਾ ਦੀ ਨਜ਼ਰ ਫਰਮਾਉਂਦੇ ਨੇ। ਹਲਾਲ ਤੇ ਸੱਚ ਬੋਲੀ ਖਾਰਜ਼ਕ ਹਲਾਲ ਤੇ ਸੱਚ ਬੋਲੀ ਹਲਾਲ ਤੇ ਸੱਚ ਬੋਲੀ ਸੱਚ ਬੋਲੀ ਛੱਡ ਦੇ ਤ
ਛੱਡ ਦੇ ਤੂੰ ਯਾਰੀਆਂ ਚੋਰੀਆਂ ਤੌਬਾ ਕਰੇ ਤਕਸੀਰ ਮੁਆਫ ਤੇਰੀ ਜਿਹੜੀਆਂ ਪਿਛਲੀਆਂ ਸਫਾਂ ਨਗੋਰੀਆਂ ਉਹ ਛੱਡ ਚੱਲ ਉਹ ਛੱਡ ਚੱਲ ਗੁਆਰ ਪੁਣੇ ਵਾਲੇ ਚੁੰਨੀ ਪਾੜ ਕੇ ਕੀਤੀ ਹੋਈ ਮੋਰੀਆਂ ਪਿੱਛਾ ਛੱਡ ਜੱਟਾ ਲਈਆਂ ਸਾਂਭ ਖਸਮਾਂ ਉਹ ਜਿਹੜੀਆਂ ਪਾੜੀਓ ਹੀ ਖੰਡ ਦੀਆਂ ਬੋਰੀਆਂ ਜੋ ਰਾਹਤਾ ਜੋ ਤੇਰੇ ਮਾਲਕਾਂ ਵਰਤ ਲਈਆਂ ਜਿਹੜੀਆਂ ਚਾਟੀਆਂ ਕੀਤੀਆਂ ਏ ਖੋਰੀਆਂ ਰਲ ਵਿੱਚ ਤੈ ਰਲ ਵਿੱਚ ਤੈ ਰੇੜਿਆ ਕੰਮ ਚੋਰੀ ਰਲ ਵਿੱਚ ਤੈ ਰੇੜਿਆ ਕੰਮ ਚੋਰੀ ਕੋਈ ਖਰਚੀਆਂ ਨਾ ਓ ਬੋਰੀਆਂ ਛੱਡ ਸਭ ਬੁਰਾਈਆਂ ਖਾਕ ਹੋ ਜਾ ਨਾ ਕਰ ਨਾਲ ਜਗਤ ਦੇ ਜ਼ੋਰੀਆਂ ਮੁਰਸ਼ਦ ਦੀ ਬਾਰਗਾਹ 'ਚ ਜਿਹੜੇ ਚੇਲੇ ਮੌਜੂਦ ਸਨ ਨਾ ਮੇਰੇ ਵਰਗੇ ਉਹਨੇ ਕਿਹਾ ਸਰਕਾਰ ਰਾਂਝਾ ਕੱਲ੍ਹ ਆਇਆ ਅਤੇ ਇਹਨੂੰ ਆਉਂਦੇ ਹੀ ਇਨਾਮ ਦੇ ਦਿੱਤਾ ਜੇ ਇਹ ਕੀ ਚੱਕਰ ਹੈ ਤਾਂ ਮੁਰਸ਼ਦ ਵਾਰਿਸ ਸ਼ਾਹ ਫਰਮਾਉਂਦੇ ਨੇ ਕਿ ਇਨਾਮ ਉਹਨੂੰ ਮਿਲਦਾ ਜਿਹੜਾ ਆਜਜ਼ ਹੋਵੇ ਜਿਹੜਾ ਝੁਕਿਆ ਹੋਵੇ ਅਤੇ ਉਹਨੂੰ ਇਨਾਮ ਮਿਲਦਾ ਬੇਟਾ ਅਤੇ ਉਹ ਰਾਂਝੇ ਨੂੰ ਮੁਖਾਤਬ ਕਰਕੇ ਕਹਿ ਰਹੇ ਨੇ ਤੇਰੀ ਆਜਜ਼ੀ
ਤੇਰੀ ਆਜਜ਼ੀ ਇਜਜ਼ ਮਨਜ਼ੂਰ ਕੀਤੇ ਵਾਰਸ ਸ਼ਾਨਾ ਆਦਤਾਂ ਜਾਂਦੀਆਂ ਨੇ ਵਾਰਸ ਸ਼ਾਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਜੋਗੀ ਇੱਕ ਨਾ ਜਿਉ ਤੇ ਲਿਆ ਆਈ ਜੋਗੀ ਆਖਦਾ ਰੰਨਾ ਵੇ ਵਫਾ ਨਫਾ ਇਹ ਨਾ ਤੂੰ ਕਿਸੇ ਨਾ ਇਹ ਪਾਈ ਜਿੰਨੇ ਮਤ ਜ਼ਨਾਨੀ ਦੇ ਅਮਲ ਕੀਤਾ ਹੋ ਤਿੰਨਾ ਅਕਲ ਨੂੰ ਅੰਤ ਗਵਾ
ਆਈ ਅਸਾਂ ਰੰਨਾ ਦੀ ਮੱਤ ਨਾ ਇੱਕ ਲੈਣੀ ਇਹੋ ਗੁਰਾਂ ਨੇ ਸਬਕ ਪੜਾਇਆ ਈ ਵਾਰਿਸ ਸ਼ਾਹ ਕੁੜੀਆਂ ਲਾਜਾਰ ਹੋਈਆਂ ਜੋਗੀ ਸਾਫ ਜਵਾਬ ਸੁਣਾਇਆ ਈ ਬਹੁਤ ਅੱਛਾ ਜੀ ਸੁਣਾ ਕੀ ਬਾਤ ਹੈ।